कहना कि रिस्क देते हैं माल देते हैं हसरते दिल निकाल देते हैं, रिस्क देते हैं माल देते हैं हसरते दिल निकाल देते हैं, मैं मांगू तो भला किसी से क्यों मांगू, मुझे तो पाक सईदा के लाल देते हैं। जरा खोल के ताड़ियां तोड़ियां मार लो, जरा मजे लुट लो। हाँ पैसे वो जड़े खर्चे गए हुण वापस नहीं होने। हाँ जी गल ये कि साढ़े चाचे का विआह, इस उम्रे चाचे ने विआह रख लिया। बंदा पूछे भी इस उम्रे चाचे की खौत की रखनी चाहिए, चाचे ने विआह रख लिया। मैनू ये नहीं समझ आते भी इस उम्रे चाचा खा की बैठा वे, उत्तों खुराकों से खुराक कभी बादाम खाई जाते कभी काजू खाई जाते हैं। मैं तो लगता पे इस उम्रे विआह कर लिया करना शुरू करता सू, ये वैक्सीन कोई मरदाना ताकत की लग गई हरे। चलो सानू की असी तो इस घर के आए अपने चाचे के विआह से, असी तो खुशियां करांगे चाचे नूं नचदिआं वेखांगे, नाल चाची भी कितें आ गई तो विच ही मजे लांगे। है स्पीड ब्रेकर ते बच्चा सुटन वाली औरत आ बच्चे, और पूरे लाहौर च रक्स करन वाली औरत आ बच्चे, चवड़ा ये है मैनू आउंदे नखत्ती मां दे बच्चे तंग कर दिता ई। बदतमीज आदमी है, मेडिकल स्टोर तो गोली लैन गया शेर वाली, उत्थे जाके भुल गया कहिंदा नून लीक दी गोली दे दिओ। ਜਰਾ ਮਜ਼ੇ ਆਈ ਲਵ ਯੂ ਕਰਕੇ ਇਹ ਮਜ਼ੇ ਆਉਣੇ, ਇੰਝ ਹੀ ਆਉਣੇ ਨੇ। ਘਰੋਂ ਤਲਵਾਰ ਵਾਲੀ ਗੋਲੀ ਲੈਣ ਗਿਆ ਮੈਡੀਕਲ ਸਟੋਰ ਤੇ ਜਾ ਕੇ ਨਾ ਭੁੱਲ ਗਿਆ, ਕਹਿੰਦਾ ਟੀਪੂ ਸੁਲਤਾਨ ਦੀ ਗੋਲੀ ਦੇ ਦਿਓ। ਮੈਂ ਕੇਵਲ ਆਦਮੀ ਕਿਹੜਾ ਮਾਮਾ ਹੱਸਣ ਆਏ ਤੇਰੀ ਭੈਣ ਦੇ ਕੋਲਾਂ ਤੇ ਆ, ਕੰਮ ਜ਼ਰਾ ਚੁੱਕ ਕੇ ਰੱਖੋ ਜਿਹਦੀ ਭੈਣ ਕਰਨੀ ਰਲ ਗਏ ਸਾ ਸਾਰੇ। ਜਰਾ ਮਜ਼ੇ ਜਿਹੜਾ ਤੂੰ ਅੰਮੀ ਨੂੰ ਬੁਲਾ ਕਰਦਾ ਨਾ ਸਾਲਿਆ, ਹੈ ਇਹਨੇ ਬੁੱਢੀ ਕੋ ਪਹਿਲੀ ਰਾਤ ਕੋਟ ਖਾ ਲਈ, ਘੁੰਡ ਚੁੱਕ ਕੇ ਉਹਨੂੰ ਕਹਿੰਦਾ ਅੰਮੀ ਨੂੰ ਬੁਲਾ। ਚਵਲ ਆਦਮੀ ਨਾ ਵੇ ਦਹੀਂ ਲੈਣ ਗਿਆ, ਦਹੀਂ ਵਾਲੇ ਜੁੱਤੀਆਂ ਮਾਰੀਆਂ, ਉਹ ਕਹਿੰਦਾ ਕਿੰਨਾ, ਕਹਿੰਦਾ ਅੰਮੀ ਨੂੰ ਬੁਲਾ। ਚਵਲ ਆਦਮੀ ਨੇ ਕੁੱਤੇ ਕੋ ਮਾਰ ਖਾ ਲਈ, ਕੁੱਤਾ ਭੌਂਕਣ ਦਿਆ ਉਹਨੂੰ ਕਹਿੰਦਾ ਅੰਮੀ ਨੂੰ ਬੁਲਾ। ਇਹ ਤੇ ਏਡਾ ਬਗੈਰਤ ਨਸਲ ਦਾ ਕਬਰਸਤਾਨ ਜਨਾਜ਼ੇ ਨਾ ਜਾਣਦੇ, ਸਾਰੇ ਕਹਿੰਦੇ ਕਲਮਾ ਸ਼ਹਿਦ ਮਗਰੋਂ, ਕਹਿੰਦਾ ਅੰਮੀ ਨੂੰ ਬੁਲਾ। ਜਰਾ ਮਜ਼ੇ ਇੰਝ ਨਹੀਂ ਨਾ ਗੱਲ ਬਣਨੀ। ਜਰਾ ਚਵਲ ਆਦਮੀ ਸਾਰੀ ਜ਼ਿੰਦਗੀ ਮਰ ਗਿਆ, ਮਰਨ ਤੋਂ ਬਾਅਦ ਫਰਿਸ਼ਤੇ ਆ ਕੇ ਹਿਸਾਬ ਪੁੱਛਿਆ ਕਿ ਸਾਰੀ ਜ਼ਿੰਦਗੀ ਦੁਨੀਆਂ ਤੇ ਆਇਆ ਕੀਤਾ ਕੀ, ਕਹਿੰਦਾ ਅੰਮੀ ਨੂੰ ਬੁਲਾ। ਚਵਲ ਆਦਮੀ ਇੱਕ ਤੇ ਬੰਦਾ ਬਗੈਰਤ ਹੁੰਦਾ, ਤੂੰ ਤੇ ਬੋਲ ਤੇ ਜ਼ਬਾਨੀ ਬਗੈਰਤ ਤੇ ਅੰਮੀ ਨੂੰ ਬੁਲਾ। ਓ ਯਾਰ ਭਾਵੇਂ ਵਿਚਾਰੀ ਸਰਦੀ ਦੇ ਵਿੱਚ ਰਜਾਈ ਚ ਨਿੱਘੀ ਕਰਕੇ ਬੈਠੀ ਹੋਏ, ਤੂੰ ਅੰਮੀ ਨੂੰ ਬੁਲਾ। ਜ਼ਲੀਲ ਬਦਤਮੀਜ਼ ਦੁਕਾਨ ਤੇ ਸੌਦਾ ਲੈਣ ਜਾਵੇ, ਉਹ ਕਹਿੰਦਾ ਕਿੰਨੀ ਚੀਨੀ ਦਵਾਂ, ਕਹਿੰਦਾ ਅੰਮੀ ਨੂੰ ਬੁਲਾ। ਇਹ ਬਦਤਮੀਜ਼ ਆਦਮੀ ਭੈਣ, ਤੁਹਾਨੂੰ ਪਤਾ ਨਹੀਂ ਮੁਲਤਾਨ ਦੀ ਗੱਡੀ ਚੋਂ ਕੁੱਟ ਖਾ ਬੈਠਾ, ਕੈਲੰਡਰ ਕਹਿੰਦਾ ਜਾਣਾ ਕਿੱਥੇ, ਕਹਿੰਦਾ ਅੰਮੀ ਨੂੰ ਬੁਲਾ। ਬਦਤਮੀਜ਼ ਆਦਮੀ ਹੈ, ਕਸਮੇ। ਹਾਂਜੀ ਇਹ ਆਪਣਾ ਹੀ ਰਿਸ਼ਤਾ ਵੇਖਣ ਤੁਰ ਗਿਆ, ਉਹ ਸਹੁਰਾ ਕਹਿੰਦਾ ਕੰਮ ਕੀ ਕਰਦਾ, ਕਹਿੰਦਾ ਅੰਮੀ ਨੂੰ ਬੁਲਾ। ਇਹਨੂੰ ਥਾਂ ਥਾਂ ਤੋਂ ਜ਼ਲਾਲਤ ਹੋਈ ਹੈ ਸੋਹਣਿਆ, ਤੈਨੂੰ ਹਰ ਪਾਸੇ ਆਵਾਜ਼ ਲੈ ਕੇ ਕੀ, ਉਹ ਤੇਰੀ ਅੰਮੀ ਦੇ ਗਾਹਕ ਵੀ ਆਏ ਫਰੰਟ ਸੋਹਣਿਆ, ਉਹ ਬੰਦੇ ਆਏ ਨੇ ਜਿਹਨਾਂ ਤੇਰੀ ਅੰਮੀ ਨੇ ਉਜਾੜਿਆ, ਇਹਨੂੰ ਕਿਸੇ ਕਿਹਾ ਅੰਮੀ ਨੂੰ ਖੁਸ਼ ਰੱਖ, ਇਹਨੇ ਦੂਜਾ ਵਿਆਹ ਕਰਾਤਾ। ਉਹਨੂੰ ਬਾਅਦ ਚੋਂ ਕਹਿੰਦਾ ਅੰਮੀ ਨੂੰ ਬੁਲਾ, ਅੰਮੀ ਨੂੰ ਬੁਲਾ, ਅੰਮੀ ਨੂੰ ਬੁਲਾ, ਅੰਮੀ ਨੂੰ ਬੁਲਾ। ਸਾਲਿਆ ਇੱਥੇ ਆ ਤੇਰਾ ਮੁੰਡਾ ਆਏ, ਓਏ ਅਸਲਾਮ ਅਲੈਕਮ, ਤੁਹਾਡਾ ਮਾਮੂ ਮੈਂ ਕੀ ਹਾਲੇ। ਇਹ ਕਿੱਥੋਂ ਆਇਆ ਬਗੈਰਤ ਫਲੂਦੇ ਦਾ ਬੱਚਾ, ਸਾਰੇ ਕੰਮ ਕਰਦੇ ਨੇ। ਅੱਛਾ ਸਾਨੂੰ ਕੁੱਤਾ ਕਹਿਣ ਦਿਆ, ਹਰੇ ਕੀ ਕਹਿਣ ਦਿਆ, ਉਹ ਪਰਲੇ ਦਾ ਮੂੰਹ ਵੇਖ ਲੋ, ਅੱਠ ਕੁੱਤੇ ਭੌਂਕਦੇ ਹੁੰਦੇ, ਇਹੋ ਜਿਹਾ ਗੁੰਗਾ ਕੁੱਤਾ ਭੌਂਕਦਾ ਨੀ, ਸਿਰਫ ਲਿਪਸਿੰਗ ਕਰਦਾ। ਇਹ ਕੋਈ ਆਮ ਆਦਮੀ ਨਹੀਂ ਹੈਗਾ, ਭੈੜਿਆ ਦੱਸ ਫਜ਼ੂਲ ਆਦਮੀ। ਬਾਥਰੂਮ ਚ ਲਿਖਿਆ ਪਾਣੀ ਜ਼ਿਆਦਾ ਇਸਤੇਮਾਲ ਕਰੇ, ਅੰਦਰ ਬਹਿ ਕੇ 7 ਲੋਟੇ ਪੀ ਗਿਆ ਸਾਲਾ। ਡਾਕਟਰ ਕੋ ਗਿਆ, ਡਾਕਟਰ ਕੋ, ਹਾਂਜੀ ਕਹਿੰਦਾ ਡਾਕਟਰ ਸਾਹਿਬ ਮੈਂ ਬੜਾ ਬਿਮਾਰ ਹਾਂ ਜੀ। ਡਾਕਟਰ ਕਹਿੰਦਾ ਕੋਈ ਹਲਕੀ ਗਜ਼ਾ ਖਾ ਜੀ, ਸਾਲਾ ਬੱਚੇ ਦੇ ਪੈਂਪਰ ਖਾ ਗਏ। ਸ਼ਰਮ ਨਹੀਂ ਆਉਂਦੀ ਤੈਨੂੰ ਮਾਂ ਪਿਓ ਤੋਂ ਚੋਰੀ ਜੰਮਣ ਵਾਲੇ ਆ, ਇਹਦਾ ਕਿਸੇ ਤਰਸੀ ਦਾਈ ਦੇ ਬੱਚੇ ਆ, ਉਹ ਤੇਰਾ ਤੋ ਬੇਟੇ ਮੂੰਹ ਮਾਮਾ ਬਿੱਲੂ ਬੱਕਰਾ, ਮਾਮਾ ਬਿੱਲੂ ਬੱਕਰਾ ਲੱਖ ਲਾਨਤ।
पहली रात इन बहर कट के क्या जानू कुंडी ला बारो ला के निकला फिर मैं चला गया पूरे महल्ले नूं आंदा तेनूं नहीं आंदा बाहर कढ़ता बाहर आके तो बदमाश बन गया सनी देओल बन गया कहिंदा काजल इन हाथों ने हथियार छोड़े है चलाना नहीं बोले मैं कहिंदा मूंह अलग हो गया मूंह अलग हो गया ਉਹ ਬੱਕਰੀ ਜਦੋਂ ਮੇਂਗਣ ਕਰਦੀ ਹੈ ਨਾ ਆਖਰੀ ਮੇਂਗਣ ਜਿਹੜੀ ਫਸੀ ਰਾਈ ਦੀ ਉਹਦੇ ਅਸਤਰ ਇੱਕ ਬੰਦੇ ਨੇ ਭਾਜੀ ਮੈਂ ਨਾਲ ਮਾਮੂ ਆ ਅੰਬ ਲਾਏ ਇੱਕ ਬੰਦੇ ਅੱਛਾ ਉਹਨੂੰ ਜਾ ਕੇ ਕਹਿੰਦਾ ਅੰਬ ਕਿੰਨੇ ਕਿਲੋ ਹਾਂ ਉਹ ਕਹਿੰਦਾ 100 ਰੁਪਿਆ ਕਿਲੋ ਹਾਂ ਕਹਿੰਦਾ 100 ਤੇ ਨਹੀਂ ਗਿਆ 20 ਫੜ ਤੇ ਇੱਕ ਅੱਧਾ ਚੁੱਪਾ ਲਵਾ ਦੇ ਅਸਤਰ ਇਹ ਤਾਂ ਕਾਜਾ ਮਾਮੂ ਆ ਪੈਂਟ ਪਾਈ ਉਹ ਇਹ ਮੁੰਡੇ ਨੂੰ ਪ੍ਰੋਬਲਮ ਹੁੰਦੀ ਉਹ ਕੀ ਆ ਮੁੰਡੇ ਆਏ ਪੈਂਟ ਪਾਈ ਉਹ ਤੇਰੀ ਪੈਂਟ ਹਾਏ ਇਧਰ ਆਏ ਇਧਰ ਆਏ ਕੁਛ ਕੀ ਹੋਇਆ ਕੀ ਹੋਇਆ ਕੁਛ ਵੀ ਨਹੀਂ ਹੋਇਆ ਇਧਰ ਵੇਖ ਨਾ ਭਾਣ ਹਾਂਜੀ ਏਡੀ ਫਰੈਸ਼ ਹੈ ਐਸੀ ਇਹਨਾਂ ਨੂੰ ਟੈਲੀਫੋਨ ਕਰੋ ਨਾ ਡਰਾਮੇ ਦੇ ਕੰਮ ਕਰਨ ਦਾ ਪੈਸੇ ਕਿੰਨੇ ਲਾਉਂਗੇ ਅਗੋ ਕਹਿੰਦੀ ਹੈ 1.5 ਲੱਖ ਰੁਪਏ ਡਰਾਮੇ ਦਾ ਮੇਰੇ ਕਮਰੇ ਡਬਲ ਬੈੱਡ ਨਾਲ ਵੱਡਾ ਏਸੀ ਹੋਣਾ ਚਾਹੀਦਾ ਭਾਜੀ ਇਹਨਾਂ ਦੇ ਘਰ ਜਾ ਕੇ ਲੈ ਸੁੱਤੀਆਂ ਇਹਨਾਂ ਦੀਆਂ ਪੁਲਿਸ ਮੁਕਾਬਲੇ 'ਚ ਮਰੀਆਂ ਭੈਣਾਂ ਦੁਬਈ ਦੇ ਵਿੱਚ ਕਾਰੋਬਾਰ ਕੀ ਕਰਨਾ ਕਾਰੋਬਾਰ ਤੋਂ ਸਿੱਪਾਂ ਚਲਾਉਂਦੇ ਸਿੱਪਾਂ ਕੁੱਤਿਆਂ ਨੂੰ ਚੁੰਮੀਆਂ ਦੇਣ ਵਾਲੇ ਆ ਤੇਰੇ ਚ ਆਪਣੇ ਪਿਓ ਵਾਲੀ ਕੋਈ ਗੱਲ ਨੀ ਗੀ